ਵਿੱਚ ਹੀ ਆ ਰਹੇ ਸੀ ਦੁਕਾਨ ਵੱਲੋਂ, ਆਉਂਦੇ ਆਉਂਦੇ ਉਹਦਾ ਪੈਰ ਫਿਸ ਗਿਆ, ਉਹ ਗਿਰ ਗਿਆ ਉਹਦੇ ਵਿੱਚ। ਉਸ ਤੋਂ ਬਾਅਦ ਅਸੀਂ ਥਾਣਾ ਅਮਰਗੜ੍ਹ ਨੂੰ ਫੋਨ ਕੀਤਾ ਜੀ, 10 ਮਿੰਟਾਂ 'ਚ SHO ਸਾਹਿਬ ਨੇ ਮੁਲਾਜ਼ਮ ਔਰ ਗੋਤਾਖੋਰ ਭੇਜ ਕੇ ਜੀ ਉਹ ਬੱਚਾ ਕੱਢਤਾ ਜੀ, ਬੱਚੇ ਦੀ ਡੈਥ ਹੋ ਗਈ ਜੀ। ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਆ ਗਏ, ਉਹਨਾਂ ਨੇ ਸਾਨੂੰ ਯਕੀਨ ਦਵਾਇਆ ਵੱਧ ਤੋਂ ਵੱਧ ਉਹਨਾਂ ਦੀ ਮਾਲੀ ਮਦਦ ਕਰਾਂਗੇ। ਘਟਨਾ ਤਾਂ ਮੈਂ ਸਮਝਦਾ ਜੀ ਇਸ ਤੋਂ ਵੱਡਾ ਕੋਈ ਦਿਖਾਂਤ ਹੀ ਨਹੀਂ ਹੋ ਸਕਦਾ। ਇੱਕ ਗਰੀਬ ਪਰਿਵਾਰ ਜਿਹੜਾ ਕਿਤੋਂ ਚੱਲ ਕੇ ਇੱਥੇ ਆ ਕੇ ਰਹਿਣ ਬਸੇਰਾ ਕੀਤਾ, ਜਿਸ ਪਰਿਵਾਰ ਨੇ ਆ ਕੇ ਆਪਦਾ ਰੋਜ਼ੀ ਰੋਟੀ ਆਪਦੇ ਬੱਚਿਆਂ ਨੂੰ ਪਾਲ ਲੈਣ ਖਾਤਰ, ਔਰ ਅੱਜ ਜਿਹੜੀ ਇਹ ਡਰੇਨ ਲੰਘ ਰਹੀ ਹੈ ਅਤੇ ਇਹਦੇ 'ਚ ਜਿਹੜਾ ਮੀਂਹ ਦਾ ਪਾਣੀ ਸੀਗਾ ਉਹ ਬੱਚੇ ਖੇਡਦੇ ਪੈਰ ਸਲਿੱਪ ਹੋਣ ਕਰਕੇ ਬੱਚਾ ਉਹਦੇ ਜਿਹੜਾ ਵਿਚਾਰੇ ਦੀ ਮੌਤ ਹੋਈ ਆ, ਬਹੁਤ ਵੱਡਾ ਦੁਖਾਂਤ ਆ। ਜਦੋਂ ਸਾਨੂੰ ਪਤਾ ਲੱਗਿਆ ਉਦੋਂ ਹੀ ਮੌਕੇ 'ਤੇ ਪ੍ਰਸ਼ਾਸਨ ਨੂੰ ਵੀ ਅਸੀਂ ਸਾਰਿਆਂ ਨੂੰ ਫੋਨ ਕਰੇ, ਸਾਰਾ ਕਿਹਾ ਅਤੇ ਮੌਕੇ 'ਤੇ ਤਹਿਸੀਲਦਾਰ ਸਾਹਿਬ ਮੌਕੇ 'ਤੇ ਅਮਰਗੜ੍ਹ ਥਾਣੇ ਤੋਂ ਵੀ ਗੋਤਾਖਾਰਾਂ ਨੂੰ ਵੀ ਲੈ ਕੇ ਥਾਣਾ ਵੀ ਅਸੀਂ ਵੀ ਸਾਰੇ ਜਿੰਨੇ ਵੀ ਸਾਥੋਂ ਸੀਗੀ ਅਸੀਂ ਸਾਰਿਆਂ ਨੇ ਆ ਕੇ ਜਦੋਂ ਦੇਖਿਆ ਕਿ ਬੱਚਾ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਉਹਨਾਂ ਨੇ ਗੋਤਾਖਾਰਾਂ ਨੇ ਆ ਕੇ ਲੱਭਿਆ, ਲੱਭ ਕੇ ਅਸੀਂ ਜਿਹੜੀ ਬੱਚੇ ਦੀ ਦੇਹ ਆ ਵਿਚਾਰੇ ਦੀ ਮਿੱਟੀ ਆ ਜੋ ਪਰਿਵਾਰ ਨੂੰ ਅਸੀਂ ਸਾਰੇ ਇੱਥੇ ਪਹੁੰਚੇ ਹਾਂ, ਔਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇਦੋਂ ਵੱਡਾ ਕੋਈ ਦੁਖਾਂਤ ਨਹੀਂ ਹੋ ਸਕਦਾ। ਵੀ ਪ੍ਰਸ਼ਾਸਨ ਨੂੰ ਮੈਂ ਕਹਿੰਦਾ ਵੱਧ ਤੋਂ ਵੱਧ ਇਹ ਪਰਿਵਾਰ ਦੀ ਬਾਂਹ ਫੜ ਕੇ ਜਿੰਨੀ ਵੀ ਮਾਲੀ ਸਹਾਇਤਾ ਹੋ ਸਕਦੀ ਹੋਵੇ, ਸਰਕਾਰਾਂ ਨੂੰ ਫਰਕ ਕੁਛ ਨਹੀਂ ਪੈਂਦਾ, ਸਰਕਾਰਾਂ ਇਹਨਾਂ ਦੀ ਇਸ ਪਰਿਵਾਰ ਦੀ ਮਦਦ ਕਰਨ। ਉਹ ਬੱਚੇ ਆ ਰਹੇ ਸੀ ਦੁਕਾਨ ਤੋਂ ਚੀਜ਼ ਲੈ ਕੇ, ਰਸਤੇ ਦੇ ਨਾਲ ਨਾਲ ਜਿਹੜਾ ਇਹ ਬੰਨ ਹੈ ਇਹਦਾ ਬਹੁਤ ਖਤਰਾ, ਸਾਨੂੰ ਇਹਦੇ ਮੁਤਾਬਕ ਸਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ। ਇਹ ਨਾਲੇ ਦੀ ਕੋਈ ਵੀ ਸਹੂਲਤ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਅਤੇ ਪਿੰਡ ਦੇ ਸਰਪੰਚ ਤੋਂ ਵੀ। ਸਾਡੀ ਜਿੰਨੇ ਵੀ ਘਰ ਨੇ ਸਾਰੇ ਬੱਚੇ ਨਾਲੇ ਦੇ ਉੱਪਰ ਆਉਣ ਜਾਣ ਦਾ ਸਾਨੂੰ ਖਤਰਾ ਰਸਤੇ ਦਾ, ਇਹਦਾ ਪ੍ਰਬੰਧ ਕੀਤਾ ਜਾਵੇ ਅਤੇ ਬੜੀ ਮਿਹਰਬਾਨੀ। ਕਿੰਨਾ ਕੀ ਨਾਮ ਸੀ ਮੁੰਡੇ ਦਾ, ਕਿੰਨੀ ਕੁ ਉਮਰ ਸੀ, ਕੀ ਕਰ ਰਹੇ ਸੀ? ਮੁੰਡਾ ਕਮ ਸੇ ਕਮ 6-7 ਸਾਲ ਦਾ ਬੱਚਾ ਸੀਗਾ। ਇਹ ਦੁਕਾਨ ਤੋਂ ਦੋ ਬੱਚੇ ਆ ਰਹੇ ਸੀ, ਦੋਨੇ ਡਿੱਗ ਗਏ, ਇੱਕ ਬਚ ਗਿਆ, ਇੱਕ ਪੂਰਾ ਹੋ ਗਿਆ ਸਰ। ਅਤੇ ਉਸ ਤੋਂ ਬਾਅਦ ਜਿਹੜੇ ਮਤਲਬ ਚੀਜ਼ ਲੈ ਕੇ ਆਪਦੇ ਘਰ ਨੂੰ ਵਾਪਸ ਆ ਰਹੇ ਸੀ, ਪੈਰ ਤਿਲਕਣ ਦੀ ਵਜ੍ਹਾ ਅਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ, ਸੜਕ ਦੇ ਉੱਪਰ ਦੀ ਪਾਣੀ ਫਿਰ ਰਿਹਾ ਹੈਗਾ, ਜਿਹਦੇ ਕਾਰਨ ਸਾਡੇ ਸਾਰੇ ਮਹੱਲੇ ਨੂੰ ਖਤਰਾ। ਇੱਥੇ ਪਾਣੀ ਬਹੁਤ ਜ਼ਿਆਦਾ ਪਾਣੀ ਆ, ਉਹਦੇ ਨਾਲ ਡੂੰਘਾ ਹੋ ਗਿਆ, ਬੱਚੇ ਨੇ ਉਹਦੇ ਪਿੰਡਾਂ ਨੂੰ ਖਤਰਾ ਅਤੇ ਖਤਰੇ ਦਾ ਬਹਾਅ ਬਣਿਆ ਹੋਇਆ। ਪਾਣੀ 4-5 ਦਿਨ ਤੋਂ ਬਹੁਤ ਜ਼ਿਆਦਾ ਪਾਣੀ ਸੀਗਾ ਇਹ, ਅਤੇ ਪਾਣੀ ਦੇ ਬਹਾਅ ਹੋਣ ਕਰਕੇ ਬੱਚੇ ਦਾ ਪੈਰ ਉਹ ਦੁਕਾਨ ਤੋਂ ਵਾਪਸ ਆ ਰਿਹਾ ਸੀ, ਉਹਦਾ ਪੈਰ ਤਿਲਕਣ ਕਰਕੇ ਉਹਦੇ ਵਿੱਚ ਗਿਰ ਗਿਆ। ਹੋ ਗਈ ਫਸਲਾਂ ਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਵੀ, ਘਰਾਂ ਦੇ ਵਿੱਚ ਪਾਣੀ ਜਾ ਰਿਹਾ, ਲੰਘਣ ਨੂੰ ਰਾਸਤਾ ਨਹੀਂ ਹੈਗਾ। ਇਸ ਦੇ ਨਾਲੇ ਪਰਲੇ ਪਾਸੇ ਇੱਕ ਫਸਲ ਆ, ਉਹ ਬਿਲਕੁਲ ਫਸਲ ਤਬਾਹ ਹੋਈ ਪਈ ਹੈ, ਜੀਰੀ ਬਿਲਕੁਲ ਖਤਮ ਹੋ ਗਈ। ਆਹ ਦੇਖੋ ਸਾਹਮਣੇ ਨਾਲ ਪਰਲੇ ਪਾਸੇ ਨੇ ਜੀ, ਮੇਰੀ ਸਕੀ ਭੈਣ ਆ ਉਰੇ ਮੀਨਾ, ਉਹ ਆਪਦਾ ਘਰ ਛੱਡ ਗਿਆ, ਜਲੌਦ ਮੇਰੇ ਭਾਈ ਕੋਲ ਚਲੀ ਗਈ ਜੀ। ਸਾਨੂੰ ਜਦੋਂ ਵੀ ਪਤਾ ਲੱਗਿਆ, ਜਦੀ ਅਸੀਂ ਪੁਲਿਸ ਸਟੇਸ਼ਨ ਅਮਰਗੜ੍ਹ ਨੂੰ ਸੂਚਿਤ ਕੀਤਾ ਅਤੇ ਉਹ ਤੁਰੰਤ ਗੋਤਾਖੋਰਾਂ ਦੀ ਟੀਮ ਲੈ ਕੇ ਨਾਲ ਇੱਥੇ ਪਹੁੰਚੇ ਅਤੇ ਮੌਕੇ ਦੇ ਬੱਚਿਆਂ ਦੇ ਹੋਰ ਵਿਅਕਤੀਆਂ ਦੇ ਦੱਸਣ ਦੇ ਅਨੁਸਾਰ ਜਿੱਥੇ ਨਿਸ਼ਾਨਦੇਹੀ ਕੀਤੀ ਉੱਥੋਂ ਤੁਰੰਤ ਜਿਹੜਾ ਬੱਚਾ ਬਹੁਤ ਥੋੜ੍ਹੇ ਦੇ ਸਮੇਂ ਦੇ ਵਿੱਚ ਹੀ ਉੱਥੋਂ ਹੀ ਤੁਰੰਤ ਬਾਹਰ ਕੱਢ ਲਿਆ ਗਿਆ ਅਤੇ ਉਹ ਤੁਰੰਤ ਕੇਸ ਬਣਾ ਕੇ ਕੱਲ੍ਹ ਨੂੰ ਸਵੇਰੇ ਅਸੀਂ ਤੁਰੰਤ ਭੇਜ ਰਹੇ ਹਾਂ ਡੀ ਸਾਹਿਬ ਨੂੰ, ਜੋ ਵੀ ਇਹਨਾਂ ਦੀ ਮਾਲੀ ਮਦਦ ਆ ਗਈ ਅਸੀਂ ਤੁਰੰਤ ਬਾਈ ਹੈਂਡ ਹੀ ਕਰਵਾ ਕੇ ਦੇਣ ਦੀ ਕੋਸ਼ਿਸ਼ ਕਰਾਂਗੇ।